ਹੈਲੋ 9th ਕਲਾਸ ਸਟੂਡੈਂਟਸ ਮੈਂ ਸਰਪਜੀਤ ਕੋ ਅੱਜ ਤੁਹਾਨੂੰ ਬੁੱਕ ਨੰਬਰ 2 ਕਾਵਿ ਸਵੇਦਨਾ ਦੇ ਕਵਿਤਾ ਮਾਂ ਦਾ ਦਿਲ ਪੜ੍ਹਾਉਣ ਜਾ ਰਹੀ ਹਾਂ ਇਹ ਕਵਿਤਾ ਫਿਰੋਜ਼ਦੀਨ ਸ਼ਰਫਤੀ ਲਿਖੀ ਹੋਈ ਹੈ ਤੇ ਇਸ ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਮਾਂ ਪੁੱਤਰ ਨੂੰ ਪਿਆਰ ਦੀ ਛਾਂ ਦਿੰਦੀ ਹੈ ਰੱਬ ਨੇ ਉਸ ਦੇ ਨਿੱਕੇ ਜਿਹੇ ਦਿਲ ਵਿੱਚ ਪਿਆਰ ਦਾ ਅਥਾਹ ਭੰਡਾਰ ਦਿੱਤਾ ਹੁੰਦਾ ਹੈ ਅੱਜ ਤੱਕ ਮਾਂ ਦੇ ਦਿਲ ਦੀ ਡੰਗਾਈ ਨੂੰ ਕੋਈ ਨਹੀਂ ਪਾ ਸਕਿਆ ਤੇ ਸਾਰਾ ਸੰਸਾਰ ਇਸ ਦਾ ਹਿਸਾਬ ਤਰ ਲਾ ਕੇ ਥੱਕਾ ਚੁੱਕਾ ਹੈ ਵੱਡੇ ਵੱਡੇ ਲਿਖਾਰੀਆਂ ਤੇ ਕਵੀਆਂ ਨੇ ਆਪਣੀ ਕਲਪਨਾ ਦਾ ਸਾਰਾ ਜੋਰ ਲਾ ਕੇ ਮਾਂ ਦੇ ਪਿਆਰ ਦੀਆਂ ਤਸਵੀਰਾਂ ਨੂੰ ਉਤਾਰਨ ਦੇ ਯਤਨ ਕੀਤੇ ਹਨ ਕੋਈ ਵੀ ਮਾਂ ਦੇ ਪਿਆਰ ਦੀ ਇੱਕ ਨਿੱਕੀ ਜਿਹੀ ਤਸਵੀਰ ਵਿਖਾਉਣ ਕਵੀ ਇਹ ਵੀ ਮਾਂ ਦੇ ਪਿਆਰ ਦੀ ਇੱਕ ਨਿੱਕੀ ਜਿਹੀ ਤਸਵੀਰ ਵਿਖਾਉਣਾ ਚਾਹੁੰਦਾ ਹੈ ਜਿਸ ਨੂੰ ਸ਼ਾਇਰੀ ਦੇ ਰੰਗ ਨਾਲ ਸ਼ਿੰਗਾਰ ਰਿਹਾ ਹੈ ਕਿਸਮਤ ਦੀ ਮਾਰੀ ਮਾਂ ਨੂੰ ਮਨਉਤਾਂ ਤੋਂ ਬਾਅਦ ਇੱਕ ਪੁੱਤਰ ਮਿਲਿਆ ਤਾਂ ਉਸਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਜਿੰਨਾ ਚਿਰ ਉਸਦੇ ਸਰੀਰ ਵਿੱਚ ਤਾਕਤ ਸੀ ਉਸਨੇ ਆਪਣੇ ਪੁੱਤਰ ਨੂੰ ਤੱਤੀਵਾਣਾ ਲੱਗਣ ਦਿੱਤੀ ਪੁੱਤਰ ਨੂੰ ਕੋਈ ਦੁੱਖ ਨਾ ਹੋ ਦਿੱਤਾ ਉਸਨੇ ਆਪਣੇ ਪੁੱਤਰ ਨੂੰ ਪਹਿਲਾਂ ਬੈਠਣਾ ਫਿਰ ਰੜਨਾ ਤੇ ਫਿਰ ਖੇਡਣਾ ਸਿਖਾਇਆ ਮਾਂ ਨੇ ਲੋਰੀਆਂ ਤੇ ਮਹੱਤਾਂ ਦੇ ਦੇ ਕੇ ਖੁਸ਼ੀ ਭਰੀ ਆਸ ਨਾਲ ਆਪਣੇ ਪੁੱਤਰ ਉਪੀ ਮਨਾਰੇ ਦੀ ਉਸਾਰੀ ਕੀਤੀ ਤੇ ਉਸ ਨੂੰ ਬੜੀ ਖੁਸ਼ੀ ਮਿਲੀ ਜਵਾਨ ਹੋਣ ਤੇ ਮਾਂ ਦੇ ਉਸ ਪੁੱਤਰ ਦੇ ਗੋਰੇ ਮੁਖੜੇ ਉੱਪਰ ਕਕੀਆਂ ਮੁੱਛਾਂ ਫੁੱਟਣ ਲੱਗੀਆਂ ਤੇ ਜਵਾਨੀ ਨੇ ਉਸ ਨੂੰ ਫੁੱਲ ਵਾਂਗ ਸ਼ਿੰਗਾਰ ਦਿੱਤਾ ਜਵਾਨ ਹੋਣ ਤੇ ਜਦੋਂ ਸੱਦਰਾਂ ਦੇ ਤੇ ਮੁਰਾਦਾਂ ਵਾਲੇ ਦਿਨ ਨੇੜੇ ਆਏ ਤਾਂ ਹੌਣ ਨੇ ਆਪਣਾ ਰੰਗ ਵਿਖਾ ਦਿੱਤਾ ਉਹ ਨੌਜਵਾਨ ਇੱਕ ਦਿਨ ਤੁਰਿਆ ਜਾ ਰਿਹਾ ਸੀ ਕਿ ਇੱਕ ਸੁੰਦਰ ਮੁਟਿਆਰ ਨੇ ਆਪਣੇ ਖੂਨੀ ਅੱਖਾਂ ਵਿੱਚੋਂ ਖਿੱਚ ਕੇ ਬਾਤ ਕੀਤਾ ਇਸ ਤਰ੍ਹਾਂ ਮਾਂ ਦਾ ਚੰਨ ਵਰਗਾ ਪੁੱਤਰ ਕਾਲੀਆਂ ਜੁਲਫਾਂ ਤੇ ਕੁੰਡਲਾਂ ਦੇ ਵਲਾਂ ਵਿੱਚ ਪਰਵਾਰ ਵਾਂਗ ਘਿਰ ਗਿਆ ਰਸਤੇ ਵਿੱਚ ਖੜਾ ਉਹ ਜਵਾਨ ਪੁੱਤਰ ਜਦੋਂ ਸੁੰਦਰ ਮੁਟਿਆਰ ਨੂੰ ਘੂਰ-ਘੂਰ ਕੇ ਵੇਖ ਰਿਹਾ ਸੀ ਤਾਂ ਉਸ ਸੁੰਦਰ ਮੁਟਿਆਰ ਨੇ ਪੁੱਛਿਆ ਕਿ ਉਹ ਇੱਥੇ ਕਿਉਂ ਖੜ੍ਹਾ ਹੈ ਨੌਜਵਾਨ ਨੇ ਅਥਰੂ ਪੂਜ ਦੇ ਉੱਤਰ ਦਿੱਤਾ ਕਿ ਉਹ ਉਸ ਦੀ ਸੋਹਣੀ ਸੂਰਤ ਤੇ ਕੁਰਬਾਨ ਤੋਂ ਕੁਰਬਾਨ ਜਾਂਦਾ ਹੈ ਉਹ ਮੁਟਿਆਰ ਨੂੰ ਕਹਿਣ ਲੱਗਾ ਕਿ ਉਸ ਦਾ ਜੀਵਨ ਹੀ ਉਸ ਦੀ ਜ਼ਿੰਦਗੀ ਹੈ ਜੇਕਰ ਉਸ ਦਾ ਸੁੰਦਰ ਮੁਖੜਾ ਉਸ ਦੀਆਂ ਅੱਖਾਂ ਤੋਂ ਦੂਰ ਹੋਵੇਗਾ ਤਾਂ ਉਸ ਦੀ ਮੌਤ ਹੋ ਜਾਵੇਗੀ ਮੁਟਿਆਰ ਉਸ ਨੂੰ ਕਹਿੰਦੀ ਹੈ ਕਿ ਉਹ ਵੀ ਉਸ ਨੂੰ ਪਿਆਰ ਕਰਦੀ ਹੈ ਪਰ ਉਹ ਉਸਤੇ ਪਿਆਰ ਨੂੰ ਪਰਖਣਾ ਚਾਹੁੰਦੀ ਹੈ ਉਸਦੀ ਇੱਕ ਮੰਗ ਹੈ ਕਿ ਜੇਕਰ ਉਹ ਆਪਣੀ ਮਾਂ ਦਾ ਦਿਲ ਕੱਢ ਕੇ ਲਿਆਵੇ ਤਾਂ ਉਸ ਨਾਲ ਲਾਵਾਂ ਲੈ ਲਵੇਗੀ ਜਦੋਂ ਮੁਟਿਆਰ ਨੇ ਮਾਂ ਦੇ ਦਿਲ ਦੀ ਮੰਗ ਕੀਤੀ ਤਾਂ ਜਵਾਨ ਪੁੱਤਰ ਦੌੜਿਆ ਦੌੜਿਆ ਘਰ ਗਿਆ ਤਾਂ ਸੁੱਤੀ ਹੋਈ ਮਾਂ ਦੇ ਕਲੇਜੇ ਵਿੱਚ ਛੁਰਾ ਮਾਰ ਦਿੱਤਾ ਜਿਸ ਮਾਂ ਨੇ ਪੁੱਤਰ ਦੇ ਸ਼ਗਨਾ ਦੀ ਮਹਿੰਦੀ ਲਾਉਣੀ ਸੀ ਅਤੇ ਜਿਸ ਨੇ ਚਾਵਾਂ ਨਾਲ ਘੋੜੀਆਂ ਤੇ ਸੁਹਾਗ ਗਾ ਕੇ ਉਸ ਨੂੰ ਵਿਆਹਣਾ ਸੀ ਅੱਜ ਉਹ ਹੀ ਪੁੱਤਰ ਨੇ ਉਸ ਤੇ ਖੂਨ ਨਾਲ ਆਪਣੇ ਹੱਥਾਂ ਨੂੰ ਰੰਗ ਲਿਆ ਕਵੀ ਆਖਦਾ ਹੈ ਕਿ ਵੇਖੋ ਖੂਨੀ ਪੁੱਤਰ ਨੇ ਮਾਂ ਦੇ ਪਿਆਰ ਦੀ ਕੀ ਕਦਰ ਪਾਈ ਹੈ ਅੰਤ ਉਹ ਮਾਂ ਦਾ ਦਿਲ ਲੈ ਕੇ ਮੁਟਿਆਰ ਵੱਲ ਨਸ ਗਿਆ ਜਿਸ ਦੀ ਖਾਤਰ ਉਸ ਨੇ ਇਹ ਕੈਰ ਗੁਜ਼ਾਇਆ ਜਵਾਨ ਪੁੱਤਰ ਕਾਮ ਦੇ ਮੋਹ ਵਿੱਚ ਇੰਨਾ ਫਸਿਆ ਹੋਇਆ ਸੀ ਕਿ ਆਪਣੀ ਪ੍ਰੇਮਿਕਾ ਦੇ ਪਿਆਰ ਦੀ ਖਾਤਰ ਮਾਂ ਦਾ ਦਿਲ ਕੱਢ ਕੇ ਲੈ ਜਾਂਦਿਆਂ ਉਸਨੇ ਉੱਚਾ ਨੀਵਾ ਰਸਤਾ ਵੀ ਨਹੀਂ ਵੇਖਿਆ ਉਸ ਨੂੰ ਇੱਕ ਥਾਂ ਠੇਡਾ ਲੱਗਾ ਤੇ ਉਹ ਮੂੰਹ ਪਾਰ ਜ਼ਮੀਨ ਉੱਤੇ ਡਿੱਗ ਜਾਂਦਾ ਹੈ ਉਸ ਦੇ ਡਿੱਗਣ ਤੇ ਉਸ ਦੀ ਮੁੱਠ ਵਿੱਚ ਫੜਿਆ ਮਾਂ ਦਾ ਦਿਲ ਪੁਕਾਰ ਕੇ ਕਹਿਣ ਲੱਗਦਾ ਹੈ ਤੇਰੇ ਤੋਂ ਤੇਰੀ ਮਾਂ ਲੱਖ ਲੱਖ ਵਾਰ ਕੁਰਬਾਨ ਜਾਂਦੀ ਹੈ ਮੇਰੇ ਪਿਆਰੇ ਪੁੱਤਰ ਤੈਨੂੰ ਕਿਧਰੇ ਸੱਟ ਤਾਂ ਨਹੀਂ ਲੱਗੀ ਕਵੀ ਕਹਿੰਦਾ ਹੈ ਕਿ ਉਹ ਮਾਂ ਦੇ ਪਿਆਰ ਦਾ ਹੀ ਹੌਂਸਲਾ ਹੈ ਕਿ ਉਸਨੇ ਪੁੱਤਰ ਹੱਥੋਂ ਮਾਰ ਕੇ ਵੀ ਮੋਹ ਨਹੀਂ ਛੱਡਿਆ ਸੀ ਪਿਆਰੇ ਬੱਚਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਵਿਤਾ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ ਤੇ ਮੇਰੇ ਕੁਸਚਨ ਆਨਸਰ ਜਿਹੜੇ ਆ ਉਹ ਵਰਕਬੁੱਕ ਤੇ ਨੈਕਸਟ ਵੀਡੀਓ ਚ ਕਰਵਾਵਾਂਗੀ ਥੈਂਕ ਯੂ